अपने बच्चों पढ़ा
मेहनत मजदूरी करके अपने अपने माता पिता पढ़ाते हैं। सो जो सर मेरा नाम प्रकाश कौर है, मैं ई जी टी 635 की विमुक्त जाति की केडर हाँ। तो जिहड़ा अज असीं कर रहे हैं इत्थे रोस प्रदर्शन कर रहे हैं, साडी स्क्रूटनी हो चुकी है ई जी टी 635 दे विच 18-12-20 दे अकॉर्डिंग जिहड़ा लैटर सी नोटिफिकेशन सी, बट इन्होंने 15-9-22 नूं एक लैटर कढ के साडे मूँह चों बुरकी खोही है। खोहण वाला इन्होंने काम किया सीगा, इस सरकार ने बड़े वड्डे वड्डे वादे किए सीगे साडे नाल वी असीं बेरोजगारां नूं रुजगार देवांगे, बट सानूं जिहड़ा रुजगार मिलन जा रहा सीगा इन्हां ने सर उह वी खोया है। बेरोजगार इन्होंने कर दिता, रोजगार देने की बजाय इन्होंने सानू बेरोजगारी दी है, क्योंकि माइकां ते स्टेज ते बहुत वध चढ़ के बोलते हैं असीं पंजाब नूं ਇੱਦਾਂ ਸੋਨੇ ਦੀ ਚਿੜੀ ਬਣਾਵਾਂਗੇ, ਅਸੀਂ ਪੰਜਾਬ ਲਈ ਇਹ ਕਰਾਂਗੇ, ਸਾਡਾ ਹਰਮਨ ਪਿਆਰਾ ਹੈ, ਬਟ ਇਹ ਆਪਣੇ ਦੂਜੇ ਸਟੇਟਾਂ ਦੇ ਵਿੱਚ ਲੱਗੇ ਹੋਏ ਆ, ਆਪਣੀ ਸਿਰਫ ਸੀਟ ਪਿਆਰੀ ਹੈ ਇਹਨਾਂ ਨੂੰ। ਜਿਵੇਂ ਦੂਸਰੇ ਕਹਿੰਦੇ ਸੀਗੇ ਨਾ ਵੀ ਸਾਨੂੰ ਸੀਟ ਨਹੀਂ ਪਿਆਰੀ, ਮੈਨੂੰ ਆਪਣਾ ਭਗਵੰਤ ਮਾਨ ਕਹਿੰਦੇ ਸੀ ਮੈਨੂੰ ਪੰਜਾਬ ਪਿਆਰਾ ਹੈ, ਪਰ ਇਹਨਾਂ ਨੂੰ ਅੱਜ ਇਹ ਪਤਾ ਹੋ ਗਿਆ, ਕਲੀਅਰ ਹੋ ਗਿਆ ਵੀ ਇਹਨਾਂ ਨੂੰ ਸੀਟ ਪਿਆਰੀ ਹੈ। ਸਰ ਅਸੀਂ ਹੈਗੇ ਆ 350-400 ਮੰਨ ਕੇ ਚਲੋ, ਤੁਸੀਂ ਵੀ ਹੈਗੇ ਆ ਹਰੇਕ ਵਿਭਾਗ ਦੇ ਵਿੱਚ, ਇਹ ਡਿਪਾਰਟਮੈਂਟ ਦੇ ਵਿੱਚ ਹੈਗੇ ਆ, ਤੇ ਪਰ ਇਹਨਾਂ ਨੇ ਕੁਛ ਕੀਤਾ ਨਹੀਂ ਹੈਗਾ। 15-9-22 ਵਾਲੀ ਲੈਟਰ ਇਹਨਾਂ ਨੇ ਕਿੱਦਾਂ ਲਾਗੂ ਕਰਤੀ ਸਰ, ਕਿਉਂਕਿ ਜਿਨ੍ਹਾਂ ਦੀਆਂ ਸਕਰੂਟਨੀਆਂ ਹੋ ਚੁੱਕੀਆਂ ਉਹਨਾਂ ਨੂੰ ਤਾਂ ਆਫਰ ਲੈਟਰ ਦਿੱਤੇ ਜਾਣ, ਸਾਰਾ ਕੁਛ ਸਰ ਹੋ ਗਿਆ, ਸਾਡੇ ਮੂੰਹ 'ਚ ਬੁਰਕੀ ਖੋਈ ਹੈ ਇਹਨਾਂ ਨੇ। ਸਟੇਜਾਂ ਤੇ ਮਾਈਕਾਂ ਤੇ ਬਹੁਤ ਕੁਛ ਬੋਲਦੇ ਹੈਗੇ ਆ ਵੀ ਅਸੀਂ ਇਹ ਕਰਨਾ, ਪੰਜਾਬ ਸਰਕਾਰ ਨੂੰ ਇਹ ਦੇਣਾ, ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ, ਪਰ ਇਹ ਰੁਜ਼ਗਾਰ ਖੋ ਰਹੇ ਆ ਉਲਟਾ। ਸਰ ਇਹਨਾਂ ਨੇ ਕਿਹਾ ਅਸੀਂ ਅਧਿਆਪਕ ਪੱਕੇ ਕਰਦੇ, ਕੋਈ ਪੱਕਾ ਨਹੀਂ ਕੀਤਾ ਸਰ, ਇਹਨਾਂ ਨੇ ਸਿਰਫ ਵੱਡੇ ਵੱਡੇ ਬੋਰਡ ਲਾਏ ਹੈਗੇ ਆ, ਸਿਰਫ ਬੋਰਡਾਂ ਤੱਕ ਹੀ ਸੀਮਤ ਰਹਿ ਗਏ ਆ, ਹੋਰ ਕੁਛ ਨਹੀਂ ਇਹਨਾਂ ਨੇ ਕੀਤਾ ਹੈਗਾ। ਤੇ ਅਸੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ, ਤੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਤੇ ਇਹਨਾਂ ਦੀਆਂ ਕਾਲੀਆਂ ਨੀਤੀਆਂ ਬਾਰੇ ਅਸੀਂ ਲੋਕਾਂ ਨੂੰ ਦੱਸਾਂਗੇ। ਅੱਜ ਅਸੀਂ ਇਹ ਸ਼ੁਰੂਆਤ ਕੀਤੀ ਹੋਈ ਹੈ ਪੰਜ ਮਲੋੜ ਤੋਂ ਮੇਰਾ ਨਾਮ ਮਨਿੰਦਰਜੀਤ ਸਿੰਘ ਹੈ ਜੀ, ਮੈਂ ਬੇਰੁਜ਼ਗਾਰ ਵਿਮੁਕਤ ਜਾਤੀਆਂ ਸੰਘ ਵੱਲੋਂ ਹਾਂ। ਬੇਨਤੀ ਹੈ ਕਿ ਇੱਥੇ ਆਉਣ ਦੀ ਸਾਨੂੰ ਲੋੜ ਕਿਉਂ ਪਈ? ਲੋੜ ਇਸ ਕਰਕੇ ਪਈ ਕਿ ਇੱਕ ਮਹੀਨਾ ਹੋ ਚੱਲਿਆ ਜੀ, ਠੰਡ ਦੀਆਂ ਰਾਤਾਂ ਵਿੱਚ ਅਸੀਂ ਕੈਬਨਿਟ ਮੰਤਰੀ ਬਲਜੀਤ ਕੌਰ ਜੀ ਦੇ ਘਰ ਅੱਗੇ ਧਰਨਾ ਲਾ ਕੇ ਬੈਠੇ ਹਾਂ, ਘਰੋਂ ਬੇਘਰ ਹੋਏ ਹਾਂ, ਸਾਡੇ ਨੌਜਵਾਨ ਬੱਚੇ ਭੈਣਾਂ ਆਪਣੇ ਛੋਟੇ ਛੋਟੇ ਬੱਚਿਆਂ ਸਮੇਤ ਦਿਨ ਰਾਤ ਉੱਥੇ ਧਰਨੇ 'ਤੇ ਬੈਠਿਆਂ ਨੂੰ ਸਾਨੂੰ 30 ਦਿਨ ਹੋ ਗਏ ਆ, ਅਤੇ ਅਸੀਂ ਆਪਣਾ ਸੰਘਰਸ਼ ਕਰ ਰਹੇ, ਪਰ ਇਸ ਅਵੇਸਲੀ ਸਰਕਾਰ ਨੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਦੀ ਸਰਕਾਰ ਬਣੀ ਹੈ ਜਿਹਨੇ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਖੋਹਣ ਦਾ ਕੰਮ ਕੀਤਾ। ਵਿਮੁਕਤ ਜਾਤੀਆਂ ਕਬੀਲਿਆਂ ਵਾਲੇ ਲੋਕ ਜਿਨ੍ਹਾਂ ਦਾ 1-2% ਲੰਗੜਾ ਜਿਹਾ ਕੋਟਾ ਸੀਗਾ ਕਿ ਬਚਦੀਆਂ ਪੋਸਟਾਂ ਵਿੱਚੋਂ ਟੋਟਲ ਦਾ 2% ਦਿੱਤਾ ਜਾਂਦਾ ਸੀਗਾ, ਇਸ ਸਰਕਾਰ ਨੇ 15-9-22 ਨੂੰ ਇੱਕ ਚਿੱਠੀ ਕੱਢ ਕੇ ਸਾਡੇ ਹੱਕਾਂ 'ਤੇ ਡਾਕਾ ਮਾਰਿਆ। ਉਹਨਾਂ ਨੌਜਵਾਨ ਬੱਚੇ ਜਿਨ੍ਹਾਂ ਦੀ ਸਕਰੂਟਨੀ ਵੀ ਹੋ ਚੁੱਕੀ ਸੀਗੀ ਵੱਖ ਵੱਖ ਵਿਭਾਗਾਂ ਵਿੱਚ ਆਪਣੇ ਆਰਡਰ ਲੈਣ ਜਾ ਰਹੇ ਸਨ, ਅਤੇ ਉਹਨਾਂ ਦੇ ਮੂੰਹੋਂ ਇਸ ਸਰਕਾਰ ਨੇ, ਜ਼ਾਲਮ ਸਰਕਾਰ ਨੇ ਬੁਰਕੀ ਖੋਹਣ ਦਾ ਕੰਮ ਕੀਤਾ। ਇਸ ਤਰ੍ਹਾਂ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਬਜਾਏ ਖੋਹਣ ਦਾ ਕੰਮ ਕੀਤਾ ਗਿਆ ਹੋਵੇ। ਉੱਥੇ ਵੇਖੋ ਜੀ, ਉੱਥੇ ਤੇ ਪੱਕਾ ਧਰਨਾ ਸਾਡਾ ਚੱਲ ਰਿਹਾ, ਪਰ ਕੈਬਨਿਟ ਮੰਤਰੀ ਬੀਬੀ ਬਲਜੀਤ ਕੌਰ ਜੀ ਇਹ ਉਹ ਨੁਮਾਇੰਦੇ ਨੇ ਜਿਨ੍ਹਾਂ ਨੂੰ ਸਾਡੇ ਕਬੀਲਿਆਂ ਨੇ ਪ੍ਰਚਾਰ ਕਰ ਕਰਕੇ ਵੋਟਾਂ ਪਾ ਪਾ ਕੇ ਬਣਾਇਆ। 40 ਲੱਖ ਤੋਂ ਵੱਧ ਆਬਾਦੀ ਸਾਡੀ ਪੰਜਾਬ ਵਿੱਚ ਇਸ ਟਾਈਮ ਹੈਗੀ ਆ ਜੀ, ਇਸ ਹਲਕੇ 'ਚ ਆਉਣ ਦੀ ਜ਼ਰੂਰਤ ਸਾਨੂੰ ਇਸ ਕਰਕੇ ਪਈ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਇੱਥੇ ਸਾਡੀ ਵਿਮੁਕਤ ਕਬੀਲਿਆਂ ਦੀ ਹੈ, ਜਿਨ੍ਹਾਂ ਨੇ ਆਪਣੇ ਨੁਮਾਇੰਦੇ ਬੀਬੀ ਬਲਜੀਤ ਕੌਰ ਜੀ ਨੂੰ ਚੁਣਿਆ ਸੀਗਾ, ਅਤੇ ਅਸੀਂ ਆਪਣੇ ਹਲਕੇ ਵਾਲੇ ਸਾਥੀਆਂ ਨੂੰ ਨਾਲ ਲੈ ਕੇ ਮਲੋਟ ਦੇ ਹਲਕੇ ਵਾਲੇ ਸਾਥੀਆਂ ਨੂੰ ਦੱਸਣ ਆਏ ਹਾਂ ਕਿ ਅਸੀਂ ਇਹ ਜਿਹੜੀ ਗਲਤੀ ਕਰ ਬੈਠੇ ਹਾਂ ਅੱਗੇ ਤੋਂ ਇਹ ਗਲਤੀ ਨਾ ਕਰੀਏ, ਅਤੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਵੇ, ਇਹ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾਣ। ਸੁਣਵਾਈ ਇਸ ਤਰ੍ਹਾਂ ਜੀ, ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਮੈਡਮ ਨਾਲ, ਝੂਠੇ ਆਸ਼ਵਾਸਨ ਤੇ ਲਾਰੇ ਸਾਨੂੰ ਅਜੇ ਤੱਕ ਲਾਏ ਜਾ ਰਹੇ ਨੇ। ਸਾਡਾ ਹੱਲ ਜਿਹੜਾ ਇਹ ਹੈ ਕਿ ਜਿਹੜਾ ਤੁਸੀਂ ਕਾਲਾ ਪੱਤਰ, ਕਾਲਾ ਕਾਨੂੰਨ ਆਪਾਂ ਉਹਨੂੰ ਕਹਿ ਲਈਏ, 15-9-22 ਨੂੰ ਇੱਕ ਕੀਤਾ ਸੀਗਾ, ਕਮ ਸੇ ਕਮ ਜਲਦੀ ਤੋਂ ਜਲਦੀ ਉਹ ਤੋਂ ਪਹਿਲਾਂ ਜਿਹੜੀਆਂ ਭਰਤੀਆਂ ਚੱਲ ਰਹੀਆਂ ਸੀ
उन्होंने तो ऑर्डर दिए जाने उन्होंने योग उम्मीदवार के ऑर्डर क्यों रोके गए। असं पूछना चाहते हैं थोड़े राही कि दसो असी इतने सड़कों पर बैठे हाँ धरने ला के बैठे हाँ एक नोटिफिकेशन होने तो पहले वाले ऑर्डर दसो सानू क्यों रोके गए तो उसकी अगली उस सोध कर ली। अज तक साड़ी मुख्यमंत्री जिहड़े गुजरात तुरे फिरते हैं उस मुख्यमंत्री नूं मैं दस देना चाहुंदा माणयोग मुख्यमंत्री जी असी गलती कर बैठे हाँ असी तुहानूं बना बैठे हाँ पर असी तुहानूं गुजरात का मुख्यमंत्री नहीं सी बनाया असी पंजाब के मुख्यमंत्री बनाया सी। साड़ी आवाज़ आ के सुनो साड़ियां मंगा सुनो असी विमुक्त जातियां के लोग इन्हां कबीलियां के लोग गरीब दिहाड़ीदार मजदूर लोग जिहड़े सानूं सड़कां ते इत्थे तुहाडा पिट स्यापा कर रहे हैं तुहानूं याद कर रहे हैं आवाजा मार रहे हैं उहदियां वी गल सुनो आ के पूरे भारत विमुक्त कबीलियां दे लोक फैले हुए ने असीं उन्हां नूं भी जागरूक कर रहे हैं आने वाले दिनों में गुजरात में साड़ियां टीमां जाणगियां ते जा भी रही ने ते उन्हां नूं दस्या जाएगा कि किस तरह यह पंजाब झूठ बोल बोल के इन्हां ने सरकारां बनाईआं ने ते तुसीं इन्हां दे झूठे वादियां दे विच कितें आ ना जाइओ पूरे भारत भर में विमुक्त कबीलियां दे लोकां नूं यह दस्या जाएगा।